ਹਾਂਜੀ ਹੈਲੋ ਐਵਰੀਵਨ ਹੋਪ ਕਰਦਾ ਕਿ ਸਾਰੇ ਵਧੀਆ ਅਤੇ ਫਸਟ ਆਫ ਆਲ ਹੈਪੀ ਨਿਊ ਈਅਰ ਅੱਜ ਆਪਾਂ ਇੱਥੇ ਇੰਸਪੈਕਸ਼ਨ ਹੋਈ ਸੀ ਨਾ ਇਸ ਫਿਲਮਿੰਗ ਇਜ਼ ਡਨ ਐਵਰੀਥਿੰਗ ਇਜ਼ ਡਨ ਅਤੇ ਇਹਦੀ ਇੰਸਪੈਕਸ਼ਨ ਹੋਈ ਸੀਗੀ ਅਤੇ ਇੰਸਪੈਕਸ਼ਨ ਹੋਣ ਤੋਂ ਬਾਅਦ ਉਹਦੀ ਇੱਕ ਡੈਫੀਸ਼ੀਐਂਸੀ ਕੱਢੀ ਉਹਨੇ ਆਪਣੇ ਐਚਵੈਕ ਦਾ ਜਿਹੜੀ ਰਿਟਰਨ ਸੀ ਉਹਨੇ 500 ਵਾਲ ਦੇ ਵਿੱਚ ਕੱਢ ਦਿੱਤੀ ਸੀ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਸੀਗੀ ਅਤੇ ਉਹਦਾ ਇੱਕ ਸਲਿਊਸ਼ਨ ਆਪਾਂ ਉਹਨੇ ਦੱਸਿਆ ਅਤੇ ਆਪਾਂ ਕੀਤਾ ਹੈਗਾ ਹੁਣ ਉਹ ਕੀ ਕਹਿੰਦਾ ਹੈਗਾ ਕਹਿੰਦਾ ਜਸਟ ਇਹਨੂੰ ਇੱਦਾਂ ਰਹਿਣ ਦਿਉ ਪਿੱਛੇ ਡਰਾਈਵਰ ਲਗਾ ਦਿਉ ਕਿਉਂਕਿ ਫਾਇਰ ਰੇਟਿਡ ਆ ਫਾਇਰ ਰੇਟਿਡ ਨੂੰ ਆਪਣੀ ਕੀ ਕਹਿੰਦੇ ਸੇਫ ਐਂਡ ਸਾਊਂਡ ਇੰਸਟੋਲੇਸ਼ਨ ਚਾਹੀਦੀ ਹੁੰਦੀ ਆ ਅਤੇ ਕਿਉਂਕਿ ਇਹਦੀ ਅੱਧਾ ਘੰਟਾ ਆਲਮੋਸਟ ਅੱਧਾ ਘੰਟਾ ਇਹਦੀ ਫਾਇਰ ਨੂੰ ਕੰਟਰੋਲ ਕਰਕੇ ਰੱਖਦੀ ਹੈ ਨਾ ਅੱਧਾ ਘੰਟਾ ਇਹ ਹੋ ਗਿਆ 15 ਮਿੰਟ ਇੱਧਰ ਹੁੰਦੇ ਕਿਉਂਕਿ ਹਾਫ ਇੰਚ ਡਰਾਈਵਰ ਆ 15 ਇੰਚ ਦੀ ਅੰਦਰ ਪਾਸੇ ਲੱਗਣੀ ਹੈ ਤਾਂ ਉਹ ਇੱਕ ਘੰਟਾ ਹੋ ਜਾਂਦਾ ਨਾ ਅਤੇ ਹੁਣ ਕੀ ਕਰਨਾ ਹੈਗਾ ਆਪਾਂ ਇੱਕ ਵਾਲ ਤਿਆਰ ਕੀਤੀ ਆ ਉਹਦਾ ਡੱਬਾ ਬਣਾਇਆ ਹੈਗਾ ਇੱਥੇ ਅਤੇ ਉਹਦੇ ਵਿੱਚ ਹੀ ਪਹਿਲਾਂ ਆਪਾਂ ਸਾਰਾ ਕੁਛ ਬਣਾ ਦਿੱਤਾ ਹੋਇਆ ਅਤੇ ਦੋ ਸਟੱਡ ਲਾ ਲਏ ਹੋਏ ਆ ਅਤੇ ਉਹਦੇ ਵਿੱਚ ਆਪਾਂ ਰਿਟਰਨ ਦੀ ਪਲੇਟ ਸ਼ੀਟ ਜਿਹੜੀ ਉਹ ਲਗਾ ਦਿੱਤੀ ਆ ਅਤੇ ਆਲਰੇਡੀ ਇਹਨੂੰ ਪੂਰਾ ਤਿਆਰ ਕਰਕੇ ਆਪਾਂ ਜਸਟ ਇਹਨੂੰ ਸਿੱਧਾ ਹੁਣ ਅਸੈਂਬਲ ਹੀ ਕਰਨਾ ਰਾਈਟ ਇਹਦੇ ਵਿੱਚ ਪਾ ਕੇ ਨਾ ਰਿਟਰਨ ਦੀ ਇਹਦੇ ਵਿੱਚ ਚਲੇ ਜਾਣੀ ਆ ਅਤੇ ਫਿਰ ਆਪਣੀ ਜਦੋਂ ਇਹਦੇ ਮੋਟੇ ਡਰਾਈਵਰ ਲੱਗ ਜਾਣੀ ਆ ਅਤੇ ਜਦੋਂ ਇਹ ਡਰਾਈਵਰ ਲੱਗ ਗਈ ਅਤੇ ਫਿਰ ਇਹ ਸਾਰੀ ਕਵਰ ਕਰਕੇ ਅਸੀਂ ਗ੍ਰਿਲ ਲੈ ਜਾਂਦੇ ਹਾਂ ਤਾਂ ਕਿ ਇਹਨੇ ਰਿਟਰਨ ਵਿੱਚ ਸੱਕ ਕਰਕੇ ਅਤੇ ਸਿੱਧੀ ਫੁਰਨਸ ਟੂ ਫੁਰਨਸ ਐਂਡ ਕਲੀਨ ਏਅਰ ਅਗੇਨ ਫਰੋਮ ਦੈਟ ਸੋ ਇਹ ਆਪਾਂ ਕੀਤਾ ਹੈਗਾ ਅਤੇ ਇਹ ਇੱਕ ਆਪਸ਼ਨ ਹੈਗੀ ਆ ਜਦੋਂ ਸਾਡੇ ਕੋਈ ਹੋਰ ਤਰੀਕਾ ਨਾ ਲੱਭੇ ਕਿ ਆਪਾਂ ਰਿਟਰਨ ਕਿੱਥੇ ਬਣਾਈਏ ਅਤੇ ਉਹਦੇ ਵਿੱਚ ਇਹੀ ਆ ਕਿ ਪਹਿਲਾਂ ਡਰਾਈਵਰ ਕਰ ਦਿਉ ਫਾਇਰ ਵਾਲ ਨੂੰ ਅਤੇ ਫਿਰ ਬਾਅਦ ਵਿੱਚ ਐਕਸਟਰਾ ਇੱਕ ਡੱਬਾ ਬਣਾ ਕੇ ਜਿੱਦਾਂ ਕੰਧ ਜਿਹੀ ਤਿਆਰ ਕਰਕੇ ਉਹਦੇ ਮੋਰੇ ਲਾ ਕੇ ਉਹਦੇ 'ਚ ਰਿਟਰਨ ਅਤੇ ਇਹਦੇ ਨਾਲ ਤੁਹਾਡਾ ਇੱਕ ਰਿਟਰਨ ਵੀ ਮਿਲ ਜਾਂਦੀ ਆ ਅਤੇ ਤੁਹਾਡਾ ਪ੍ਰੋਬਲਮ ਵੀ ਸੋਲਵ ਹੋ ਜਾਂਦੀ ਆ ਕਿਉਂਕਿ ਕਈ ਵਾਰੀ ਕੀ ਹੁੰਦਾ ਸਾਡੇ ਕੋਲ ਸਪੇਸ ਦੀ ਬਹੁਤ ਕਮੀ ਹੁੰਦੀ ਨਾ ਅਤੇ ਆਪਾਂ ਰਿਟਰਨ ਆਪਾਂ ਹੋਰ ਕਿਸੇ ਪਾਸੇ ਕੱਢ ਵੀ ਨਹੀਂ ਸਕਦੇ ਤਾਂ ਸੇਮ ਸਿਚੁਏਸ਼ਨ ਸਾਡੇ ਨਾਲ ਹੈਪਨ ਹੋਈ ਇੱਥੇ ਸੋ ਉਹਦੇ ਲਈ ਇਹ ਇੱਕ ਆਪਸ਼ਨ ਹੈਗੀ ਆ ਅਤੇ ਇਹ ਆਪਾਂ ਕਰ ਸਕਦੇ ਹਾਂ ਅਤੇ ਹੁਣ ਆਪਾਂ ਮੈਂ ਤੁਹਾਨੂੰ ਦਿਖਾਉਂਗਾ ਕਿ ਅਸੈਂਬਲ ਕਰਕੇ ਬਾਅਦ ਵਿੱਚ ਕੀ ਆਪਾਂ ਕੀਤਾ ਇਹਦੇ ਵਿੱਚ ਅਤੇ ਸਟੇ ਟਿਊਨਡ ਅਤੇ ਆ ਦੇਖੋ ਹੁਣ ਇੱਦਾਂ ਇਹ ਹੋ ਜਾਣੀ ਆ ਅਤੇ ਆਪਣਾ ਜਿਹੜਾ ਆਪਣੀ ਟੇਕ ਆਊਟ ਹੈਗੀ ਆ ਇਹਦੇ ਵਿੱਚ ਰਿਟਰਨ ਦੀ ਪਾਈਪ ਦੇ ਵਿੱਚ ਇਹਦੇ 'ਚ ਫਿੱਟ ਹੋ ਜਾਣੀ ਆ ਅਤੇ ਉਸ ਤੋਂ ਬਾਅਦ ਇਹਨੂੰ ਆਪਾਂ ਲੈਵਲ ਕਰਕੇ ਥੱਲੇ ਐਂਕਰ ਕਰ ਦੇਣਾ ਅਤੇ ਉੱਪਰ ਐਂਕਰ ਕਰ ਦੇਣਾ ਦੱਸ ਅਤੇ ਇਹ ਸਾਡਾ ਇੱਥੇ ਡਰਾਈਵਲ ਮੋਰੇ ਡਰਾਈਵਲ ਹੋ ਜਾਣੀ ਆ ਅਤੇ ਇਹਦੇ ਸਾਈਡਾਂ 'ਚ ਡਰਾਈਵਲ ਹੋ ਜਾਣੀ ਆ ਅਤੇ ਆਪਣੀ ਰਿਟਰਨ ਮਤਲਬ ਕਿ ਇਸ ਏ ਰਿਟਰਨ ਬਣ ਜਾਣੀ ਆ ਠੀਕ ਹੈ ਥੈਂਕ ਯੂ ਫੋਰ ਵਾਚਿੰਗ ਐਂਡ ਸਬਸਕ੍ਰਾਈਬ ਮਾਈ ਚੈਨਲ ਇਫ ਯੂ ਵਾਂਟ ਟੂ ਵਾਚ ਮੋਰ ਦਿਸ ਕਾਈਂਡ ਆਫ ਵੀਡੀਓਜ਼ ਥੈਂਕ ਯੂ